देखो जी, साढ़े दुआबा स्पोर्ट्स क्लब वालों हर साल की तरह अज बारसलोना विच टूर्नामेंट कराया जा रहा जी, जिहदे विच 8 टीम भाग लैणगियां जी, ते देवी मखसूसपुरी का लाइव खाड़ा चलूगा जी। सब तो वड्डी गल है जी, उहदे सारा कुछ फ्री ऑफ कॉस्ट है जी, उहदे च कोई किसी नूं टिकट नहीं लगेगी, कोई किसी नूं कोई मतलब ये नहीं खाने का, कोई हर चीज़ उत्थे फ्री अवेलेबल है जी। टोटली सारे यूरोप तो जी, लगभग जी सारे यूरोप दी टीमां, जिन्नियां भी यूरोप टीमां खेलदियां सारियां लगभग पहुँच रही जी। मतलब यूरोप के सारे स्टार खिलाड़ी खेडणगे जी, यूरोप के सारे स्टार खिलाड़ी जिन्ने पहुंचे जी। ਇਹਦੇ ਵਿੱਚ ਦੇਖੋ ਜੀ 3100 ਤੇ 2500 ਨਾਮ ਦਿੱਤਾ ਜਾਂਦਾ। ਜਿਸ ਤਰ੍ਹਾਂ ਕਿ ਪੂਰੇ ਯੂਰਪ 'ਚ ਟੂਰਨਾਮੈਂਟ ਹੁੰਦੇ ਆ, ਤਾਂ ਇਸ ਟੂਰਨਾਮੈਂਟ ਨੂੰ ਆਪਾਂ ਕਿੱਥੇ ਇੱਕ ਖੜਾ ਦੇਖੀਏ ਕਿ ਵੱਡਾ ਟੂਰਨਾਮੈਂਟ ਹੈ ਜਾਂ? ਦੇਖੋ ਜੀ, ਯੂਰਪ ਦੇ ਵਿੱਚ ਵੀ ਵਧੀਆ ਟੂਰਨਾਮੈਂਟ, ਜਿਹਦੇ ਸਾਡੇ ਕੋਲ 10,000 ਦੀ ਤੇ ਮਤਲਬ ਗਰਾਊਂਡ ਹੀ ਕੀਤੀ ਗਈ ਹੈ, $10,000 ਦੀ ਗਰਾਊਂਡਾਂ ਵੱਲ ਵੇਖੀਏ ਤਾਂ ਬਹੁਤ ਬੈਸਟ ਆਫ ਗਰਾਊਂਡ ਆ ਜੀ, ਜਿਹੜੀ ਓਲੰਪਿਕ ਗਰਾਊਂਡਾਂ ਚੱਲਦੀਆਂ ਉਹ ਕਰਵਾਈਆਂ ਗਈਆਂ ਜੀ, ਸਾਰਾ ਕੁਛ ਬਹੁਤ ਵਧੀਆ ਟੂਰਨਾਮੈਂਟ ਜਿਹੜਾ ਯੂਰਪ ਦਾ ਦੇਖੀ, ਬਹੁਤ ਵਧੀਆ ਟੂਰਨਾਮੈਂਟ ਆ ਜੀ। ਇਹਦੇ 'ਚ ਲਾਈਵ ਸ਼ੋਅ ਦੇਵੀ ਸਾਹਿਬ ਵੀ ਪਹੁੰਚੇ ਹੋਏ ਆ, ਮਖਸੂਸਪੁਰੀ ਸਾਹਿਬ, ਅਤੇ ਬਾਕੀ ਜਿਹੜਾ ਹਰ ਤਰ੍ਹਾਂ ਦਾ ਸਹਿਯੋਗ ਆ, ਦੌੜਾਂ ਵੀ ਲੱਗਣਗੀਆਂ, ਖੇਡਾਂ ਵੀ ਹੋਣਗੀਆਂ, ਰੱਸੇ ਕੱਸਾ ਵੀ ਹੋ ਗਿਆ, ਸਾਰਾ ਕੁਛ ਹੋ ਗਿਆ ਜੀ। ਲੱਗਦਾ ਔਰਤਾਂ ਵਾਸਤੇ ਵੀ ਕੁਛ ਹੈਗਾ? ਦੇਖੋ ਜੀ, ਔਰਤਾਂ ਵਾਸਤੇ ਜਿਹੜਾ ਵਾ ਲੜਕੀਆਂ ਦੇ ਦੌੜਾਂ ਵਿੱਚ ਲਾ ਸਕਦੀਆਂ, ਇਹ ਲੱਗਦੀਆਂ, ਬਾਕੀ ਕਬੱਡੀ ਦੀਆਂ ਟੀਮਾਂ ਜਿਹੜੀਆਂ ਸਾਡੇ ਕੋਲ ਹਲੇ ਪੂਰੀਆਂ ਯੂਰਪ ਵਿੱਚ ਇਹਦੀਆਂ ਜਾਂ ਪੂਰੀਆਂ ਬਣ ਨਹੀਂ ਚੁੱਕੀਆਂ, ਇਸ ਕਰਕੇ ਥੋੜ੍ਹੀ ਕਬੱਡੀ ਦਾ ਨਹੀਂ ਹੋਊਗਾ, ਬਾਕੀ ਲੜਕੀਆਂ ਵਾਸਤੇ ਸਾਰਾ ਕੁਛ ਹੋਊਗਾ। ਸਪੇਨ ਦੇ ਵਿੱਚ ਕਿੰਨੇ ਚਿਰ ਤੋਂ ਮੈਚ ਹੋ ਰਿਹਾ? ਦੇਖੋ ਇਸ ਲਗਭਗ ਅਸੀਂ ਤਾਂ ਜਿਹੜੇ ਮੈਚ ਕਰਾ ਰਹੇ ਹਾਂ ਜੀ, 96 ਤੋਂ ਲੈ ਕੇ ਹੀ ਲਗਭਗ ਚੱਲੇ ਆ ਰਹੇ ਹਾਂ ਜੀ, 96 ਤੋਂ ਅਸੀਂ ਜੋ ਚੱਲੇ ਆ ਰਹੇ ਹਾਂ, ਠੀਕ ਹੈ, ਉੱਥੇ ਉਦੋਂ ਦਾ ਸਾਡਾ ਆਸਤੇ ਆਸਤੇ ਟੂਰਨਾਮੈਂਟ ਚੱਲੀ ਆ ਰਿਹਾ ਸਾਡੇ ਸਾਰੇ ਜੀ। ਇਸ ਸਾਲ 'ਚ ਕਿੰਨੇ ਕੁ ਮੈਚ ਹੁੰਦੇ? ਸਾਡੇ ਸਾਲ ਦੇ ਵਿੱਚ ਜੀ ਉੱਥੇ ਸਪੇਨ ਦੇ ਵਿੱਚ ਹੁਣ ਲਗਭਗ 3 ਮੈਚ ਹੁੰਦੇ ਜੀ, ਜਿਹੜੇ 3 ਕਲੱਬ ਕਰਾਉਂਦੇ ਸਾਰ ਟੋਟਲ ਸਪੇਨ 'ਚ। ਤੇ ਉੱਥੋਂ ਦੇ ਕੋਈ ਸਿਆਸਤਦਾਨ ਵੀ ਆਉਂਦੇ ਵਿੱਚ? ਦੇਖੋ ਜੀ, ਸਿਆਸਤਦਾਨ ਵੀ ਜੇ ਜਿੰਨੇ ਹੈਗੇ ਪ੍ਰੋਵਾਈਡ ਕਰ ਦਈਏ, ਜਿਹੜੇ ਲੋਕਲ ਆ ਉੱਥੇ ਦੇ ਕੁਛ ਗੋਰੇ ਵਗੈਰਾ ਇਹ ਸਾਰੇ ਕਰੀਦੇ ਆ, ਜੇ ਜਿੰਨੇ ਕੁ ਟਾਈਮ ਆ ਜਾਂਦੇ ਜੀ। ਤੇ ਪੰਜਾਬੀ ਭਾਈਚਾਰਾ ਪੂਰਾ ਆਉਂਦਾ? ਪੰਜਾਬੀ ਭਾਈਚਾਰਾ ਤੇ ਆਪਣਾ ਜੀ ਪਾਕਿਸਤਾਨ ਦੇ ਇਹ ਸਾਰੇ ਟੋਟਲੀ ਬੰਦੇ ਆਉਂਦੇ ਜੀ। ਲੋਕਾਂ ਨੂੰ ਕੀ ਸੰਦੇਸ਼? ਲੋਕਾਂ ਨੂੰ ਇਹ ਸੰਦੇਸ਼ ਹੈ, ਅਸੀਂ ਤਾਂ ਇਸ ਕਰਕੇ ਕਰਾਉਂਦੇ ਜੀ, ਲੋਕਾਂ ਦੇ ਨਿਆਣੇ ਆ ਚੰਗੇ ਰਾਹ ਤੇ ਲੱਗ ਸਕਣ, ਉਹਨਾਂ ਨੂੰ ਖੇਡਾਂ ਬਾਰੇ, ਆਪਣੇ ਪੰਜਾਬ ਬਾਰੇ, ਕਲਚਰ ਬਾਰੇ, ਸਿਸਟਮ ਬਾਰੇ ਪਤਾ ਲੱਗ ਸਕੇ। ਹਾਂਜੀ।